ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇਨਵੈਸਟਰ ਪੰਜਾਬ ਵੈਬ ਸੀਰੀਜ਼ ਦੇ ਅੱਜ ਦੇ ਫਾਈਨੈਂਸ਼ੀਅਲ ਐਪੀਸੋਡ ਵਿੱਚ ਤੁਸੀਂ ਜਾਣੋਗੇ ਕਿ ਮਿਊਚੁਅਲ ਫੰਡ ਵਿੱਚ ਐਕਸਪੈਂਸ ਰੇਸ਼ੀਓ ਕੀ ਹੁੰਦੀ ਹੈ। ਤੁਸੀਂ ਬਹੁਤ ਸਾਰੀਆਂ ਮਿਊਚੁਅਲ ਫੰਡ ਦੀਆਂ ਵੀਡੀਓਜ਼ ਵਿੱਚ ਸੁਣਿਆ ਹੋਵੇਗਾ ਕਿ ਐਕਸਪੈਂਸ ਰੇਸ਼ੀਓ ਫੰਡ ਮੈਨੇਜਰ ਦੀ ਫੀਸ ਹੁੰਦੀ ਹੈ, ਪਰ ਇਹ ਸਹੀ ਨਹੀਂ ਹੈ। ਚਲੋ ਫਿਰ ਐਕਸਪੈਂਸ ਰੇਸ਼ੀਓ ਬਾਰੇ ਡਿਟੇਲ ਵਿੱਚ ਜਾਣਦੇ ਹਾਂ। ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦਈਏ ਕਿ 4000 ਸਬਸਕ੍ਰਾਈਬਰਸ ਪੂਰੇ ਹੋਣ ਤੋਂ ਬਾਅਦ ਮੈਂ ਤੁਹਾਨੂੰ ਇੱਕ ਅਜਿਹੀ ਪੋਜੀਸ਼ਨਲ ਟ੍ਰੇਡਿੰਗ ਨਿੰਜਾ ਟੈਕਨੀਕ ਬਾਰੇ ਦੱਸਾਂਗਾ ਜਿਸ ਨਾਲ ਤੁਸੀਂ ਬਿਨਾਂ ਰਿਸਕ ਲਏ ਮਲਟੀਬੈਗਰ ਪ੍ਰੋਫਿਟਸ ਕਮਾ ਸਕਦੇ ਹੋ। ਇਸ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਸਟਾਕ ਸਿਲੈਕਸ਼ਨ ਨਿੰਜਾ ਟੈਕਨੀਕ ਸ਼ੇਅਰ ਕੀਤੀ ਸੀ, ਜਿਸ ਦਾ ਰਿਸਪੌਂਸ ਕਾਫੀ ਵਧੀਆ ਰਿਹਾ, ਅਤੇ ਮੈਨੂੰ ਯਕੀਨ ਹੈ ਹੈਸ਼ਟੈਗ ਨਿੰਜਾ ਟੈਕਨੀਕ 2 ਪੋਜੀਸ਼ਨਲ ਟ੍ਰੇਡਿੰਗ ਸਟ੍ਰੈਟਜੀ ਤੁਹਾਨੂੰ ਕਾਫੀ ਪਸੰਦ ਆਵੇਗੀ। ਮਿਊਚੁਅਲ ਫੰਡ ਵਿੱਚ ਐਕਸਪੈਂਸ ਰੇਸ਼ੀਓ ਓਪਰੇਟਿੰਗ ਐਕਸਪੈਂਸ ਹੁੰਦਾ ਹੈ, ਮਤਲਬ ਕਿ ਜਿਸ ਮਿਊਚੁਅਲ ਫੰਡ ਵਿੱਚ ਤੁਸੀਂ ਇਨਵੈਸਟ ਕਰ ਰਹੇ ਹੋ ਉਸ ਨੂੰ ਚਲਾਉਣ ਵਿੱਚ ਜੋ ਖਰਚਾ ਆਉਂਦਾ ਹੈ ਉਹ ਐਕਸਪੈਂਸ ਰੇਸ਼ੀਓ ਦੁਆਰਾ ਪੂਰਾ ਕੀਤਾ ਜਾਂਦਾ ਹੈ, ਜਿਵੇਂ ਸੇਲਸ ਐਂਡ ਮਾਰਕੀਟਿੰਗ, ਐਡਵਰਟਾਈਜ਼ਿੰਗ ਐਕਸਪੈਂਸ ਅਤੇ ਐਡਮਿਨਿਸਟ੍ਰੇਟਿਵ ਫੀਸ, ਇਹ ਸਭ ਐਕਸਪੈਂਸ ਰੇਸ਼ੀਓ ਵਿੱਚ ਆਉਂਦੇ ਹਨ। ਓਪਰੇਟਿੰਗ ਐਕਸਪੈਂਸ ਵਿੱਚ ਟ੍ਰਾਂਜੈਕਸ਼ਨ ਕਾਸਟ ਵੀ ਸ਼ਾਮਿਲ ਹੈ। ਜਦੋਂ ਇੱਕ ਮਿਊਚੁਅਲ ਫੰਡ ਮੈਨੇਜਰ ਸ਼ੇਅਰਸ ਬਾਈ ਐਂਡ ਸੈਲ ਕਰਦਾ ਹੈ ਅਤੇ ਉਸ ਉੱਤੇ ਜੋ ਚਾਰਜਸ ਲੱਗਦੇ ਹਨ ਉਸ ਨੂੰ ਟ੍ਰਾਂਜੈਕਸ਼ਨ ਕਾਸਟ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਇਨਵੈਸਟਮੈਂਟ ਮੈਨੇਜਮੈਂਟ ਫੀਸ, ਰਜਿਸਟਰਾਰ ਫੀਸ, ਕਸਟੋਡੀਅਨ ਫੀਸ ਅਤੇ ਆਡਿਟ ਫੀਸ ਵੀ ਇਸ ਵਿੱਚ ਇਨਕਲੂਡਿਡ ਹੈ। ਇਹ ਸਭ ਖਰਚੇ ਅਤੇ AMC ਦਾ ਪ੍ਰੋਫਿਟ ਮਿਲਾ ਕੇ ਐਕਸਪੈਂਸ ਰੇਸ਼ੀਓ ਬਣਦੀ ਹੈ। ਵੈਸੇ ਤਾਂ ਐਕਸਪੈਂਸ ਰੇਸ਼ੀਓ ਹਰ ਸਾਲ ਗਿਣਿਆ ਜਾਂਦਾ ਹੈ, ਪਰ NAV ਗਿਣਦੇ ਸਮੇਂ ਇਸ ਨੂੰ ਹਰ ਦਿਨ ਕੱਟਿਆ ਜਾਂਦਾ ਹੈ, ਮਤਲਬ ਹਰ ਰੋਜ਼ ਫੰਡ ਵਿੱਚ ਸ਼ਾਮਿਲ ਕੰਪਨੀਜ਼ ਦੇ ਰਿਟਰਨ ਨੂੰ ਮਿਲਾ ਕੇ ਮਿਊਚੁਅਲ ਫੰਡ ਹਾਊਸ ਆਪਣਾ ਡੇਲੀ ਦਾ ਖਰਚਾ ਕੱਟ ਕੇ ਜੋ ਪ੍ਰੋਫਿਟ ਜਾਂ ਲਾਸ ਹੁੰਦਾ ਹੈ ਉਸ ਨੂੰ ਫੰਡ ਵਿੱਚ ਐਡ ਕਰ ਦਿੱਤਾ ਜਾਂਦਾ ਹੈ। ਇਸ ਨੂੰ ਇੱਕ ਐਗਜ਼ਾਮਪਲ ਨਾਲ ਸਮਝਦੇ ਹਾਂ। ਮੰਨ ਲਓ ਇੱਕ ਮਿਊਚੁਅਲ ਫੰਡ ਦਾ ਐਕਸਪੈਂਸ ਰੇਸ਼ੀਓ 1% ਹੈ, ਜਿਸ ਵਿੱਚ ਤੁਸੀਂ 2 ਲੱਖ ਰੁਪਏ ਇਨਵੈਸਟ ਕੀਤੇ ਹਨ ਅਤੇ ਅੱਜ ਉਸ ਫੰਡ ਦੀ ਵੈਲਿਊ 2,00,000 ਰੁਪਏ ਹੈ, ਤਾਂ ਇਸ ਹਿਸਾਬ ਨਾਲ ਤੁਹਾਡਾ ਐਕਸਪੈਂਸ ਰੇਸ਼ੀਓ ਬਣਦਾ ਹੈ 5 ਰੁਪਏ 50 ਪੈਸੇ। ਤੁਸੀਂ ਲਾਈਵ ਦੇਖ ਸਕਦੇ ਹੋ ਨਿਪੋਨ ਇੰਡੀਆ ਸਮਾਲ ਕੈਪ ਫੰਡ ਦੀ ਐਕਸਪੈਂਸ ਰੇਸ਼ੀਓ 0.8% ਹੈ ਅਤੇ ਕੁਆਂਟ ਮਿਡ ਕੈਪ ਫੰਡ ਦੀ ਐਕਸਪੈਂਸ ਰੇਸ਼ੀਓ 0.71% ਹੈ। ਅੱਜ ਲਈ ਬਸ ਇੰਨਾ ਹੀ, ਮਿਲਦੇ ਹਾਂ ਜੀ ਅਗਲੇ ਐਪੀਸੋਡ ਵਿੱਚ ਨਵੀਂ ਐਜੂਕੇਸ਼ਨ ਦੇ ਨਾਲ। ਕੈਮਰਾਮੈਨ ਸੰਧੂ ਸਾਹਿਬ ਦੇ ਨਾਲ, ਇਨਵੈਸਟਰ ਪੰਜਾਬ, ਅੰਮ੍ਰਿਤਸਰ।